ਮੇਰੇ ਫਿਲਮ ਦੇਖ ਕੇ ਬਹੁਤ ਇਮੋਸ਼ਨਲ ਹੁੰਦੀ ਹੈ ਬਿਕੋਜ਼ ਮੈਨੂੰ ਲੱਗਦਾ ਕਿ ਇੱਕ ਪੜਾਵ ਹੁਣ ਖਤਮ ਹੋਇਆ ਹੈ ਨਾ, ਇੱਕ ਚੈਪਟਰ ਇੱਕ ਹੋਰ ਲਾਈਫ ਦਾ ਅੱਗੇ ਵੱਧ ਗਿਆ। ਬਟ ਬਸ ਆਹੀ ਹੈ ਕਿ ਤੁਹਾਨੂੰ ਵੀ ਉਨੀ ਪਸੰਦ ਆਏ ਜਿੰਨੀ ਕਿ ਅੱਜ ਆਡੀਅੰਸ ਨੂੰ ਆਈ ਹੈ ਇੱਥੇ ਆਈ ਹੈ। ਆਈ ਹੋਪ ਯੂ ਲਾਈਕ ਇਟ। ਆਈ ਹੋਪ ਇਟ ਫੀਲ ਵੈਰੀ ਨਾਈਸ ਬਿਕੋਜ਼ ਮੈਂ ਪਹਿਲੀ ਵਾਰੀ ਕਿਸੇ ਮੂਵੀ ਦੇ ਪੂਰੇ ਗਾਣੇ ਲਿਖੇ ਆ, ਅਤੇ ਜਿੱਦਾਂ ਨਾ ਮੈਂ ਚਾਹੁੰਦਾ ਸੀ ਮੈਨੂੰ ਮੂਵੀ ਮਿਲੇ ਉੱਦਾਂ ਦੀ ਮੂਵੀ ਮਿਲੀ, ਜਿੱਦਾਂ ਨਾ ਮੈਂ ਚਾਹੁੰਦਾ ਸੀ ਮੈਂ ਗਾਣੇ ਲਿਖਾਂ ਅਤੇ ਉੱਦਾਂ ਦੇ ਗਾਣੇ ਲਿਖਿਆ, ਅਤੇ ਜਿੱਦਾਂ ਨਾ ਮੈਂ ਚਾਹੁੰਦਾ ਸੀ ਕਿ ਸਾਨੂੰ ਫੀਡਬੈਕ ਆਵੇ ਉੱਦਾਂ ਦਾ ਫੀਡਬੈਕ ਆਇਆ, ਤਾਂ ਸੋ ਹੈਪੀ। मैंने इससे अच्छी मूवी कभी नहीं देखी, पर मैं बोल रही कि तुम मेरे हस्बैंड हो इसलिए कह रहे नहीं बेवकूफ, मैंने सच्ची नहीं देखी। ਬਸ ਇਹੀ ਮੈਸੇਜ ਕਿ ਸਭ ਤਰੀਕੇ ਦੀਆਂ ਫਿਲਮਾਂ ਦੇਖੋ, ਕਮੇਡੀ ਦੇਖ ਰਹੇ ਹੋ ਕਮੇਡੀ ਦੇਖੋ, ਪਰ ਇਹ ਕੁਛ ਹੋਰ ਆ ਜੋ ਅਸੀਂ ਬਣਾਇਆ, ਇਹ ਇਮੋਸ਼ਨ ਆ, ਇਹ ਪਿਆਰ ਆ। ਹਾਂ, ਅਤੇ ਇਹ ਉਹ ਆ ਵੀ ਪਿਆਰ 'ਚ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ, ਡਿਸੀਜ਼ਨ ਕਿਹੜੇ ਪਹਿਲਾਂ ਲੈਣੇ ਚਾਹੀਦੇ ਕਿਹੜੇ ਨਹੀਂ, ਸੋ ਆਹ ਦੇਖਣੀ ਚਾਹੀਦੀ ਆ ਬਿਕੋਜ਼ ਬਹੁਤ ਅਲੱਗ ਆ।